ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਇਸ ਵੀਡੀਓ 'ਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ HRMS 'ਤੇ ਆਪਣੀ ਛੁੱਟੀ ਨੂੰ ਅਸੀਂ ਕਿਵੇਂ ਅਪਲਾਈ ਕਰਨਾ ਹੈ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸਭ ਤੋਂ ਪਹਿਲਾਂ ਅਸੀਂ HRMS ਦੀ ਸਾਈਟ ਖੋਲ੍ਹ ਕੇ ਉਸ 'ਤੇ ਲੌਗਇਨ ਕਲਿੱਕ ਕਰਨਾ ਹੈ। ਜਿਵੇਂ ਤੁਸੀਂ ਲੌਗਇਨ 'ਤੇ ਕਲਿੱਕ ਕਰੋਗੇ, ਇਵੇਂ ਦੀ ਵਿੰਡੋ ਤੁਹਾਡੇ ਸਾਹਮਣੇ ਓਪਨ ਹੋ ਜਾਏਗੀ। ਤੁਸੀਂ ਆਪਣੀ ਯੂਜ਼ਰ ID, ਪਾਸਵਰਡ ਅਤੇ ਜੋ ਵੀ ਕੈਪਚਾ ਆ ਰਿਹਾ ਉਸਨੂੰ ਉੱਥੇ ਫਿਲ ਕਰਨਾ ਹੈ ਅਤੇ ਉਸ ਤੋਂ ਬਾਅਦ ਲੌਗਇਨ 'ਤੇ ਕਲਿੱਕ ਕਰਨਾ ਹੈ। ਜਿਵੇਂ ਲੌਗਇਨ ਹੋ ਜਾਏਗਾ, ਤੁਹਾਡੀ ਵਿੰਡੋ ਇਸ ਤਰ੍ਹਾਂ ਦੀ ਓਪਨ ਹੋ ਜਾਏਗੀ। ਵਿੰਡੋ ਓਪਨ ਹੋਣ ਤੋਂ ਬਾਅਦ ਵਿੱਚ ਤੁਹਾਡਾ ਨਾਮ, ਤੁਹਾਡੇ ਸਕੂਲ ਦਾ ਨਾਮ ਉੱਪਰ ਸ਼ੋ ਹੋ ਜਾਏਗਾ। ਤੁਸੀਂ ਕਲਿੱਕ ਕਰਨਾ ਹੈ ਇਸ ਦੇ ਵਿੱਚ ਮਾਈ ਸਰਵਿਸਿਸ 'ਤੇ। ਜਿਵੇਂ ਹੀ ਤੁਸੀਂ ਮਾਈ ਸਰਵਿਸਿਸ ਜੋ ਉੱਪਰ ਨਜ਼ਰ ਆ ਰਿਹਾ ਹੈ ਇਸ 'ਤੇ ਕਲਿੱਕ ਕਰੋਗੇ, ਨੀਚੇ ਆਏਗਾ ਮਾਈ ਲੀਵ ਸਰਵਿਸਿਸ। ਤੁਸੀਂ ਉਸ 'ਤੇ ਜਾਣਾ ਹੈ ਅਤੇ ਨਾਲ ਹੀ ਕਰਨਾ ਹੈ ਅਪਲਾਈ ਔਨਲਾਈਨ ਲੀਵ 'ਤੇ ਕਲਿੱਕ। ਜਿਵੇਂ ਤੁਸੀਂ ਇਸ 'ਤੇ ਕਲਿੱਕ ਕਰੋਗੇ, ਜੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਵਿੰਡੋ ਓਪਨ ਹੋਏਗੀ, ਇਸਦਾ ਮਤਲਬ ਹੈ ਕਿ ਤੁਹਾਡੇ DDO ਨੇ ਅਜੇ ਤੱਕ ਤੁਹਾਨੂੰ ਰਜਿਸਟਰਡ ਨਹੀਂ ਕੀਤਾ ਹੋਇਆ। ਜਦੋਂ ਤੁਹਾਡਾ DDO ਤੁਹਾਨੂੰ ਇਸ ਦੇ ਉੱਪਰ ਰਜਿਸਟਰਡ ਕਰ ਦੇਵੇਗਾ, ਤੁਹਾਡੀ ਛੁੱਟੀਆਂ HRMS 'ਤੇ ਫਿਲ ਕਰ ਦੇਵੇਗਾ, ਉਦੋਂ ਤੁਹਾਡੇ ਸਾਹਮਣੇ ਇਵੇਂ ਇਸ ਤਰ੍ਹਾਂ ਦੀ ਵਿੰਡੋ ਨਹੀਂ ਓਪਨ ਹੋਏਗੀ। ਉਦੋਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਵਿੰਡੋ ਹੋਏਗੀ, ਮਾਈ ਸਰਵਿਸਿਸ, ਮਾਈ ਟੀਮ ਸਰਵਿਸਿਸ, ਅਪਲਾਈ ਕਰੋਗੇ ਤਾਂ ਇਵੇਂ ਦੀ ਵਿੰਡੋ ਤੁਹਾਡੇ ਸਾਹਮਣੇ ਓਪਨ ਹੋ ਜਾਏਗੀ, ਜਿਸ ਵਿੱਚ ਤੁਹਾਡਾ ਨਾਮ ਅਤੇ ਛੁੱਟੀਆਂ ਦੀ ਲਿਸਟ ਨੀਚੇ ਆ ਜਾਏਗੀ। ਇਸ ਵਿੱਚ ਤੁਸੀਂ ਕਲਿੱਕ ਕਰੋਗੇ ਲੀਵ ਟਾਈਪ 'ਤੇ, ਆ ਰਹੀ ਹੈ ਛੁੱਟੀਆਂ ਵੀ ਆ ਰਹੀਆਂ, ਨੀਚੇ ਤੁਸੀਂ ਸਿਲੈਕਟ ਕਰਨਾ ਹੈ ਲੀਵ ਟਾਈਪ। ਉਹਦੇ ਵਿੱਚ ਸਾਰੀਆਂ ਛੁੱਟੀਆਂ ਤੁਹਾਡੀਆਂ ਆ ਰਹੀਆਂ, ਅਰਨ ਲੀਵ, ਹਾਫ ਪੇ, ਕੈਜੂਅਲ, ਰਿਸਟ੍ਰਿਕਟਿਡ ਹੋਲੀਡੇ, ਮੈਡੀਕਲ ਲੀਵ। 5 ਕੈਜੂਅਲ ਲੀਵ ਲੈਣੀ ਹੈ, ਇਸ 'ਤੇ ਕਲਿੱਕ ਕਰੋ। ਇਸ ਨੂੰ ਕਲਿੱਕ ਕਰਨ ਤੋਂ ਬਾਅਦ ਅਸੀਂ ਨੀਚੇ ਡੇਟ ਸਿਲੈਕਟ ਕਰਨੀ ਹੈ ਕਿ ਕਿੰਨੀ ਤਰੀਕ ਨੂੰ ਅਸੀਂ ਛੁੱਟੀ ਲੈ ਰਹੇ ਹਾਂ, ਕਿੰਨੇ ਦਿਨ ਦੀ ਛੁੱਟੀ ਲੈ ਰਹੇ ਹਾਂ। ਸਪੋਜ਼ ਅਸੀਂ 14 ਤਰੀਕ ਦੀ ਛੁੱਟੀ ਲੈਣੀ ਹੈ, ਕਦੋਂ ਤੱਕ ਲੈਣੀ ਹੈ, ਸਿਰਫ ਇੱਕ ਦਿਨ ਦੀ ਛੁੱਟੀ ਲੈਣੀ ਹੈ। ਨੀਚੇ ਵੀ ਤੁਸੀਂ 14 ਤਰੀਕ ਸਿਲੈਕਟ ਕਰੋਗੇ, ਨੀਚੇ ਤੁਹਾਡੀ ਨੰਬਰ ਆਫ ਲੀਵਸ ਸ਼ੋ ਹੋ ਜਾਣਗੀਆਂ ਕਿ ਇੱਕ ਦਿਨ ਦੀ ਛੁੱਟੀ ਤੁਹਾਡੀ ਹੋ ਰਹੀ ਹੈ। ਤੁਸੀਂ ਫੁੱਲ ਡੇ ਲੈਣੀ ਹੈ, ਫੋਰਨੂਨ, ਆਫਟਰਨੂਨ ਜਾਂ 1/3, ਉਹ ਵੀ ਆਪਸ਼ਨ ਆ ਰਹੀ ਹੈ। ਜੇ ਤੁਸੀਂ ਫੋਰਨੂਨ ਕਰੋਗੇ ਅੱਧੀ ਛੁੱਟੀ ਆਏਗੀ, 1/3 ਕਰੋਗੇ ਤਾਂ 1/3 ਛੁੱਟੀ ਤੁਹਾਡੀ ਕੱਟੀ ਜਾਏਗੀ, ਜੇ ਫੁੱਲ ਡੇ ਕਰੋਗੇ ਤਾਂ ਪੂਰੀ ਇੱਕ ਦਿਨ ਦੀ ਤੁਹਾਡੀ ਛੁੱਟੀ ਕੱਟੀ ਜਾਏਗੀ। ਨੀਚੇ ਤੁਸੀਂ ਉਸ ਦੇ ਵਿੱਚ ਲੀਵ ਰੀਜ਼ਨ ਦੇ ਵਿੱਚ ਆਪਣੇ ਰੀਜ਼ਨ ਦੇ ਸਕਦੇ ਹੋ ਕਿ ਤੁਸੀਂ ਛੁੱਟੀ ਉਸ ਕਰਕੇ ਲੈ ਰਹੇ ਹੋ। ਤੁਸੀਂ ਉਸ ਦੇ ਵਿੱਚ ਫਿਲ ਕਰ ਸਕਦੇ ਹੋ ਕਿ ਛੁੱਟੀ ਦਾ ਕਾਰਨ ਕੀ ਹੈ, ਜ਼ਰੂਰੀ ਕੰਮ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਛੁੱਟੀ ਤੁਸੀਂ ਲੈਣੀ ਹੈ ਤਾਂ ਤੁਸੀਂ ਆਪਣਾ ਰੀਜ਼ਨ ਫਿਲ ਕਰਨਾ ਹੈ। ਜੇ ਤੁਸੀਂ ਮੈਡੀਕਲ ਛੁੱਟੀ ਲੈਣੀ ਹੈ ਤਾਂ ਉਸ ਦੇ ਵਿੱਚ ਤੁਸੀਂ ਆਪਣਾ ਮੈਡੀਕਲ ਸਰਟੀਫਿਕੇਟ ਜੋ ਹੈ ਉਸਨੂੰ ਅਪਲੋਡ ਕਰਨਾ ਹੈ JPG ਫਾਈਲ ਦੇ ਵਿੱਚ, ਜੋ 2 MB ਤੋਂ ਜ਼ਿਆਦਾ ਵੱਡੀ ਨਹੀਂ ਹੋਣੀ ਚਾਹੀਦੀ। ਤੁਸੀਂ ਚੂਜ਼ ਫਾਈਲ ਕਰਕੇ ਸਬਮਿਟ ਕਰ ਦਿਓਗੇ, ਤੁਹਾਡੀ ਛੁੱਟੀ DDO ਕੋਲ ਚਲੀ ਜਾਵੇਗੀ। ਤੁਹਾਡੀਆਂ ਸਾਰੀਆਂ ਛੁੱਟੀਆਂ ਦਾ ਹਿਸਾਬ ਨਾਲ ਦੀ ਨਾਲ ਇਸ ਵਿੰਡੋ ਵਿੱਚ ਸ਼ੋ ਹੋ ਜਾਏਗਾ, ਕਿੰਨੀਆਂ ਛੁੱਟੀਆਂ ਤੁਹਾਡੇ ਕੋਲ ਹੈ ਅਤੇ ਕਿੰਨੀਆਂ ਤੁਸੀਂ ਕਰ ਚੁੱਕੇ ਹੋ। ਜੇਕਰ ਤੁਹਾਨੂੰ ਸਾਡਾ ਵੀਡੀਓ ਪਸੰਦ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।